ਵਿਖੇ ਮਨਾਇਆ। ਉੱਥੇ ਗੁਰੂ ਰਾਮਦਾਸ ਮਹਾਰਾਜਾਂ ਦਾ ਗੁਰਤਾਗਤੀ ਦਿਵਸ 450 ਸਾਲਾਂ ਦਿਹਾੜਾ ਜੀ, ਅੱਜ ਰਾੜਾ ਸਾਹਿਬ ਵਿਖੇ ਇਹਨਾਂ ਦੋਨੇ ਮਹਾਨ ਦਿਹਾੜਿਆਂ ਨੂੰ ਸਮਰਪਿਤ ਜਿੱਥੇ ਕਥਾ ਕੀਰਤਨ ਸਮਾਗਮ ਔਰ ਉਸੇ ਪਾਵਨ ਪਵਿੱਤਰ ਦਿਹਾੜਿਆਂ ਨੂੰ ਸਮਰਪਿਤ ਜਿਹੜੀ ਸਾਡੀ ਰਾੜਾ ਸਾਹਿਬ ਦੀ ਈਸ਼ਰ ਮੈਕਰੋਮੀਡੀਆ ਐਪ ਚੱਲਦੀ ਸੀਗੀ, ਜਿਸ ਐਪ ਦੇ ਰਾਹੀਂ ਮਹਾਂਪੁਰਖਾਂ ਨੇ ਦੁਨੀਆਂ ਦੇ ਕੋਨੇ ਕੋਨੇ ਤੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਗੁਰਮੁਖਾਂ ਤੱਕ, ਮਨੁੱਖਤਾ ਤੱਕ ਭੇਜਿਆ। ਉਹ ਸਮੇਂ ਦੇ ਮੁਤਾਬਕ, ਕਿਉਂਕਿ ਅੱਜ ਤੋਂ 20 ਸਾਲ ਪੁਰਾਣੀਆਂ ਗੱਲਾਂ ਨੇ, ਉਹ ਸਮੇਂ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਜੋ ਨਹੀਂ ਐਡ ਹੋ ਚੁੱਕੀਆਂ ਸਨ, ਸਿੱਖ ਇਤਿਹਾਸ ਦੀਆਂ, ਗੁਰ ਇਤਿਹਾਸ ਦੀਆਂ, ਬਹੁਤ ਕੁਛ ਵਾਂਝਾ ਰਹਿ ਗਿਆ ਸੀ। ਜਾਂ ਸਾਡੀ ਪਹਿਲੀ ਐਪ ਦੇ ਵਿੱਚ ਹੋ ਸਕਦਾ ਹੈ, ਜਿਵੇਂ ਮਹਾਂਪੁਰਸ਼ਾਂ ਨੇ ਅੱਜ ਜ਼ਿਕਰ ਕੀਤਾ ਕਿ ਮੈਂ ਇੱਕ ਨਿਮਾਣੇ ਸਿੱਖ ਵਜੋਂ ਸੇਵਾ ਕੀਤੀ ਹੈ, ਮੇਰੇ ਤੋਂ ਬਹੁਤ ਸਾਰੀਆਂ ਕਮੀਆਂ ਪਹਿਲਾਂ ਵੀ ਰਹੀਆਂ ਹੋਣਗੀਆਂ ਤੇ ਅੱਜ ਵੀ ਰਹਿ ਗਈਆਂ ਹੋਣਗੀਆਂ। ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਦਾ ਇੱਕ ਨਿਮਾਣਾ ਯਤਨ ਕਰਕੇ ਔਰ ਬਹੁਤ ਸਾਰਾ ਸਾਡਾ ਸਿੱਖ ਇਤਿਹਾਸ ਜਿਹੜਾ ਸਾਤੋਂ ਉਸ ਟਾਈਮ ਨਹੀਂ ਇਸ ਐਪ ਦੇ ਵਿੱਚ ਪਾਇਆ ਜਾ ਸਕਿਆ ਸੀਗਾ, ਉਹ ਸੰਪਰਦਾਇ ਦੇ ਮੌਜੂਦਾ ਮੁਖੀ ਸਤਿਕਾਰ ਜੋ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ ਨੇ ਇੱਕ ਬੜੀ ਲੰਮੀ ਮਿਹਨਤ ਕਰਕੇ ਉਹ ਸਾਰਾ ਕੁਛ ਐਪ ਦੇ ਵਿੱਚ ਪਾ ਕੇ ਅੱਜ ਪੰਥ ਦੀਆਂ ਵੱਡੀਆਂ ਹਸਤੀਆਂ, ਸਾਰੀਆਂ ਪੰਥ ਜਿਹੜੀਆਂ ਹਸਤੀਆਂ ਨੇ ਅੱਜ ਰਾੜਾ ਸਾਹਿਬ ਵਿਖੇ ਸੱਦਾ ਦੇ ਕੇ ਬੁਲਾਈਆਂ ਗਈਆਂ ਸਨ। ਇਸ ਐਪ ਨੂੰ ਲਾਂਚ ਕਰਨ ਦੇ ਸ਼ੁਭ ਮੌਕੇ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਾ ਹਾਂ, ਪੰਥ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਆ ਕੇ ਅੱਜ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਉਸ ਐਪ ਨੂੰ ਲਾਂਚ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਮੈਂ ਸੰਪਰਦਾਇ ਦੇ ਮੌਜੂਦਾ ਮੁਖੀ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਵੱਲੋਂ ਜਿੱਥੇ ਨਾ ਆਈਆਂ ਸਾਰੀਆਂ ਸਨਮਾਨਯੋਗ ਹਸਤੀਆਂ ਦਾ, ਸੰਗਤਾਂ ਦਾ, ਪ੍ਰੈਸ ਦਾ ਔਰ ਬੱਚੇ ਬੱਚੇ ਦਾ ਰੋਮ ਰੋਮ ਕਰਕੇ ਰਹਿਣੀਆਂ ਧੰਨਵਾਦੀਆਂ। ਉੱਥੇ ਸਮੂਹ ਸਿੱਖ ਸੰਗਤ ਨੂੰ, ਨਾਨਕ ਨਾਮ ਲਵੇ ਸਿੱਖ ਸੰਗਤਾਂ ਨੂੰ ਜੋ ਦੁਨੀਆਂ ਦੇ ਕੋਨੇ ਕੋਨੇ ਤੇ ਬੈਠੀਆਂ ਨੇ, ਅੱਜ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੰਦਾ ਹੋਇਆ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਨੇ ਮਨ ਚ ਵਿਚਾਰ ਕਿਸ ਤਰ੍ਹਾਂ ਇਹ ਵੀ ਐਪ ਦੀ ਲੋੜ ਪਈ ਜੀ, ਜਾਂ ਕੀ ਸਮਝਿਆ ਗਿਆ? ਜਿਹੜੀ ਐਪ ਹੈ ਅੱਜ ਦੇਖੋ, ਵਾਰ ਵਾਰ ਤੁਸੀਂ ਇਹ ਗੱਲ ਬੋਲਣ ਵਾਲੇ ਸਾਰੇ ਬੁਲਾਰਿਆਂ ਕੋਲ ਸੁਣੀ ਹੈ ਕਿ ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਘਾਟ ਪੈਦਾ ਹੋ ਚੁੱਕੀ ਹੈ ਕਿ ਸਾਡੇ ਵਿੱਚ ਕੋਈ ਪੜ੍ਹਨ ਦੀ ਰੁਚੀ ਬਿਲਕੁਲ ਨਹੀਂ ਰਹੀ ਹੈਗੀ। ਬੱਚੇ ਈਵਨ ਇੱਥੋਂ ਤੱਕ ਕਿ ਆਪਣੀਆਂ ਕਲਾਸਾਂ ਦੇ ਵਿੱਚ ਜਾ ਕੇ ਕਿਤਾਬਾਂ ਪੜ੍ਹਨ ਲਈ ਰਾਜ਼ੀ ਨਹੀਂ। ਇੰਨਾ ਸਮਾਂ ਅੱਜ ਮੈਨੂੰ ਲੋਕਾਂ ਕੋਲ ਮਹਿਸੂਸ ਨਹੀਂ ਹੋ ਰਿਹਾ ਕਿ ਕੋਈ ਵਿਦਵਾਨ ਜਾਂ ਕੋਈ ਪ੍ਰਚਾਰਕ ਜਾਂ ਕੋਈ ਹੋਰ ਜਿਹੜੇ ਕਥਾਵਾਚਕ ਨੇ ਜਾਂ ਕੋਈ ਸਾਡੇ ਬੁੱਧੀਜੀਵੀ ਨੇ ਕਿ ਇਹ ਆਪਣੇ ਘਰਾਂ ਤੋਂ ਉੱਠ ਕੇ ਕੋਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਕਿਸੇ ਥਾਵਾਂ ਤੇ ਜਾ ਕੇ ਸਾਡੇ ਧਾਰਮਿਕ ਲਿਟਰੇਚਰ ਨੂੰ ਪੜ੍ਹ ਸਕਣ। ਲੇਕਿਨ ਮਹਾਂਪੁਰਖਾਂ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਹੋਇਆ, ਉਸ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਜੋ ਇਹ ਸੇਵਾ ਕੀਤੀ ਹੈ, ਇਸ ਐਪ ਦੇ ਰਾਹੀਂ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਬੈਠਾ ਹੈ, ਰੇਲ ਗੱਡੀ 'ਚ ਬੈਠਾ ਹੈ, ਜਹਾਜ਼ 'ਚ ਬੈਠਾ ਹੈ, ਜਾਂ ਕਿਸੇ ਥਾਂ ਤੇ ਸਫ਼ਰ ਕਰ ਰਿਹਾ ਹੈ, ਕਿਸੇ ਦੇਸ਼ ਵਿਦੇਸ਼ ਮੁਲਕ ਦੇ ਵਿੱਚ ਬੈਠਾ ਹੈ, ਆਪਣੇ ਆਪਣੇ ਮੋਬਾਈਲ ਤੇ ਐਪ ਨੂੰ ਡਾਊਨਲੋਡ ਕਰਕੇ ਆਪਣੇ ਆਪਣੇ ਘਰ ਬੈਠ ਕੇ, ਮੇਰਾ ਕਹਿਣ ਤੋਂ ਭਾਵ ਕਿਤੇ ਕਿ ਵੀ ਬੈਠ ਕੇ ਸਾਡਾ ਸਿੱਖ ਇਤਿਹਾਸ, ਗੁਰ ਇਤਿਹਾਸ, ਗੁਰਬਾਣੀ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ 10 ਗ੍ਰੰਥ ਦੀ ਬਾਣੀ ਔਰ ਸਿੱਖ ਧਰਮ ਦੇ ਨਾਲ ਜਿੰਨੇ ਰਿਲੇਟਡ ਸਾਡੇ ਗੁਰੂ ਸਾਹਿਬ ਦੇ ਜੀਵਨੀਆਂ ਨੇ, ਪ੍ਰਸੰਗ ਨੇ ਜਾਂ ਹੋਰ ਸਾਡਾ ਇਤਿਹਾਸ ਆ, ਉਹ ਕੋਈ ਵੀ ਮਨੁੱਖ ਕਿਤੇ ਬੈਠ ਕੇ ਵਿਚਾਰ ਸਕਦਾ। ਜਿਸ ਕਰਕੇ ਅੱਜ ਮੈਂ ਸਮਝਦਾ, ਜਿਵੇਂ ਪਹਿਲਾਂ ਵੀ ਦੱਸਿਆ ਗਿਆ ਕਿ ਬਹੁਤ ਸਾਰੇ ਐਸੇ ਵਿਦਵਾਨ
ਜਿਹੜੇ ਛੋਟੇ ਛੋਟੇ ਐਪਾਂ ਲਾਂਚ ਕਰਕੇ ਕਈ ਚੀਜ਼ਾਂ ਦੇ ਨਾਲ ਸਾਨੂੰ ਤੋੜਨ ਦਾ ਵੀ ਯਤਨ ਕਰਦੇ ਨੇ, ਕਰਦੇ ਤਾਂ ਹੋ ਸਕਦਾ ਜੋੜਨ ਦਾ ਵੀ ਹੋਣ, ਪਰ ਜਦੋਂ ਕਿਸੇ ਗੱਲ ਦਾ ਗਿਆਨ ਨਹੀਂ ਹੁੰਦਾ ਜਾਂ ਕਿਸੇ ਗੱਲ ਦਾ ਕੋਈ ਠੋਸਰਾ ਨਹੀਂ ਹੁੰਦਾ ਹੈਗਾ, ਉਸ ਕਰਕੇ ਲੋਕ ਫਿਰ ਹੋ ਸਕਦਾ ਸੰਗਤ ਦੁਬਿਧਾ ਦੇ ਵਿੱਚ ਪੈ ਜਾਂਦੀ ਹੋਵੇ। ਪਰ ਅੱਜ ਸਾਰੇ ਪੰਥ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਜਿਹੜੀ ਇਹ ਐਪ ਲਾਂਚ ਕੀਤੀ ਗਈ ਹੈ ਇਹ ਇੱਕ ਸਿਰਲੇਖ ਹੇਠ ਲਾਂਚ ਕੀਤੀ ਗਈ ਹੈ, ਜਿਸ ਨੂੰ ਮੈਂ ਸਮਝਦਾ ਕਿ ਹਰ ਵਿਦਵਾਨ ਹਰ ਮਨੁੱਖ ਪੜ੍ਹ ਕੇ ਮਾਣ ਮਹਿਸੂਸ ਕਰੂਗਾ, ਕਿਉਂਕਿ ਅੱਜ ਇਹਦੀ ਵੱਡੀ ਲੋੜ ਸੀ ਕਿ ਘਰ ਘਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਹੈ ਜਾਂ ਜਿਹੜੀ ਸਾਨੂੰ ਸਹੂਲਤ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ। ਇਸ ਮੰਗ ਨੂੰ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਪੂਰੀ ਕਰਕੇ ਸਿੱਖ ਜਗਤ ਸਿੱਖ ਸੰਗਤ ਦੀ ਝੋਲੀ ਪਾਈ। ਕਿੰਨੀ ਥਾਵਾਂ ਵਿੱਚ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਸਾਡਾ ਪਾਇਆ ਗਿਆ, ਉਹ ਚਾਰ ਭਾਸ਼ਾਵਾਂ ਦੇ ਵਿੱਚ ਕੰਪਲੀਟ ਸੰਪੂਰਨ ਕਰਕੇ ਉਹਨੂੰ ਬੜੀ ਸ਼ੁੱਧਤਾ ਦੇ ਨਾਲ ਐਡ ਕੀਤਾ ਗਿਆ ਹੈ, ਜਿਹਦੇ ਵਿੱਚ ਖਾਸ ਕਰਕੇ ਆਪਾਂ ਗੁਰਮੁਖੀ ਦਾ ਜ਼ਿਕਰ ਕਰੀਏ ਪੰਜਾਬੀ ਦੇ ਵਿੱਚ, ਕਿਉਂਕਿ ਪੰਜਾਬੀ ਅਸੀਂ ਪੰਜਾਬ 'ਚ ਰਹਿਣ ਵਾਲੇ ਹਾਂ ਅਤੇ ਦੁਨੀਆ ਦੇ ਵਿੱਚ ਮੈਂ ਕਹਿੰਦਾ ਵੀ ਜਿੱਥੇ ਵੀ ਪੰਜਾਬੀ ਵੱਸਦੇ ਨੇ ਤਾਂ ਪੰਜਾਬੀ ਨੂੰ ਲਾਇਕ ਕਰਦੇ ਨੇ, ਉਹ ਪੜ੍ਹ ਸਕਦੇ ਨੇ। ਬਹੁਤ ਸਾਰੇ ਸਾਡੇ ਸਕਾਲਰ ਨੇ, ਬਹੁਤ ਸਾਰੇ ਸਾਡੇ ਵਿਦਵਾਨ ਨੇ, ਬਹੁਤ ਸਾਰੇ ਲੋਕ ਪੜ੍ਹੇ ਲਿਖੇ ਨੇ ਜਿਹੜੇ ਇੰਗਲਿਸ਼ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਤਾਂ ਇੰਗਲਿਸ਼ ਦੇ ਵਿੱਚ ਵੀ ਇਹ ਸੁਵਿਧਾ ਮਹਾਂਪੁਰਖਾਂ ਨੇ ਉਪਲਬਧ ਕਰਾਤੀ। ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਸਿੱਖ ਧਰਮ ਤੋਂ ਥੋੜ੍ਹਾ ਹੋਰ ਧਰਮਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਹਿੰਦੀ ਦੇ ਵਿੱਚ ਸਾਰੀ ਇਹ ਸੁਵਿਧਾ ਉਪਲਬਧ ਕਰਾਤੀ। ਪਰ ਬਹੁਤ ਸਾਰੇ ਲੋਕ ਐਸੇ ਨੇ, ਜਿਵੇਂ ਉੱਥੇ ਜ਼ਿਕਰ ਕੀਤਾ ਗਿਆ ਕਿ ਬਹੁਤ ਸਾਰੇ ਮੁਸਲਮਾਨੀ ਮਤ ਨੂੰ ਮੰਨਣ ਵਾਲੇ ਲੋਕ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਜਾਂ ਗੁਰਮੁਖੀ ਦੇ ਵਿੱਚ ਪਾਠ ਕਰਨ ਦਾ ਕੋਈ ਪਤਾ ਹੀ ਨਹੀਂ ਲੱਗਦਾ ਜੀ ਅਸੀਂ ਕੀ ਕਰੀਏ ਤਾਂ ਕਿਵੇਂ ਕਰੀਏ, ਗੁਰੂ ਸਾਹਿਬ ਨੇ ਲਿਖਿਆ ਕੀ ਹੈ, ਉਹਨਾਂ ਵਾਸਤੇ ਦੇਖੋ ਜਿਹੜੀ ਭਾਸ਼ਾ ਮਤਲਬ ਉਰਦੂ ਦੇ ਵਿੱਚ ਮਹਾਂਪੁਰਖਾਂ ਨੇ ਇੱਕ ਹੋਰ ਕੀ ਕਿਹਾ ਸੀ ਜੀ, ਕਿਹੜੀ ਦੇਖੋ ਇਹ ਭਾਸ਼ਾਵਾਂ ਹੁਣ ਕਿੱਥੋਂ ਮਹਾਂਪੁਰਖਾਂ ਨੇ ਮਤਲਬ ਕਿੱਡੀ ਵੱਡੀ ਖੋਜ ਕੀਤੀ ਹੋਊਗੀ ਜਿਹੜੇ ਸੰਗਤ ਦੀ ਝੋਲੀ ਦੇ ਵਿੱਚ ਪਾਈਆਂ ਨੇ। ਸੋ ਇਸ ਕਰਕੇ ਇਹ ਬਹੁਤ ਵੱਡਾ ਉਪਰਾਲਾ, ਬਹੁਤ ਵੱਡੀ ਮਤਲਬ ਮਹਾਂਪੁਰਖਾਂ ਦੀ ਦੇਣ ਹੈ ਜਿਹੜੀ ਸਾਨੂੰ ਅੱਜ ਉਹਨਾਂ ਨੇ ਸਾਰਿਆਂ ਵਾਸਤੇ ਦਿੱਤੀ ਹੈ। ਬਾਬਾ ਬਲਜਿੰਦਰ ਸਿੰਘ ਜੀ ਬਰਾਬਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਤੋਂ ਇੱਕ ਬਹੁਤ ਮਹਾਨ ਉਪਰਾਲਾ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ, ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੀਤਾ, ਜਿੱਥੇ ਉਹਨਾਂ ਨੇ ਇੱਕ ਬਹੁਤ ਲੰਬਾ ਅਰਸਾ ਪਹਿਲਾਂ ਈਸ਼ਰ ਮਾਈਕਰੋ ਮੀਡੀਆ ਨਾਮ ਦੀ ਇੱਕ ਐਪ ਜਿਹੜੀ ਹੈ ਉਹ ਤਿਆਰ ਕੀਤੀ ਸੀ ਬਹੁਤ ਬੜੀ ਮਿਹਨਤ ਕਰਕੇ, ਔਰ ਉਹਦੇ ਵਿੱਚ ਬਹੁਤ ਵੱਡਾ ਵਾਧਾ ਕਰਦਿਆਂ ਹੋਇਆ ਇਤਿਹਾਸ ਦੇ ਸਾਰੇ ਹੀ ਸਰੋਤ ਤਕਰੀਬਨ ਉਸ ਵਿੱਚ ਸ਼ਾਮਿਲ ਕਰਕੇ ਅਤੇ ਇੱਕ ਨਵੀਂ ਐਪ ਜਿਹੜੀ ਈਸ਼ਰ ਮਾਈਕਰੋ ਮੀਡੀਆ ਉਹ ਅੱਜ ਗੁਰਦੁਆਰਾ ਕਰਮ ਸਰ ਰਾੜਾ ਸਾਹਿਬ ਜੀ ਤੋਂ ਲਾਂਚ ਕੀਤੀ ਹੈ, ਔਰ ਸਾਨੂੰ ਸਭ ਨੂੰ ਸਮਝ ਕਰਨਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਉਸ ਐਪਲੀਕੇਸ਼ਨ ਨੂੰ ਆਪਣੇ ਫੋਨਾਂ ਦੇ ਵਿੱਚ ਲੋਡ ਕਰਕੇ ਉਹਦੇ ਵਿੱਚੋਂ ਗੁਰਮਤਿ ਦਾ ਜਿਹੜਾ ਸਾਹਿਤ ਹੈ ਉਹਨੂੰ ਪੜ੍ਹ ਕੇ, ਇਤਿਹਾਸ ਪੜ੍ਹ ਕੇ, ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਾਫ਼ ਕਰ ਲਈ। ਇਹ ਬਹੁਤ ਸਮੇਂ ਦੀ ਵਕਤ ਦੀ ਲੋੜ ਹੈ। ਈਸਰ ਮਾਈਕਰੋ ਮੀਡੀਆ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਤਿਆਰ ਕੀਤਾ ਸੀ ਔਰ ਬੜੇ ਲੰਬੇ ਸਮੇਂ ਤੋਂ ਐਂਡਰਾਇਡ ਔਰ ਆਈਫੋਨ ਦੇ ਵਿੱਚ ਜਿਹੜਾ ਚੱਲ ਰਿਹਾ ਸੀ, ਅੱਜ ਵੱਡੀ ਅਪਡੇਟ ਜਿਹੜੀ ਹੈ ਉਹਦੇ ਵਿੱਚ ਕੀਤੀ ਗਈ ਹੈ। ਬਹੁਤ ਸਾਰੀਆਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਪੁਸਤਕਾਂ, ਸਿੱਖ ਸਕ੍ਰਿਪਚਰ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ, ਔਰ ਇਹਦੇ ਲਈ ਮੈਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਧੰਨਵਾਦ ਵੀ ਕਰਦਾ ਔਰ ਨਾਲ ਨਾਲ ਮੈਂ ਉਹਨਾਂ ਦਾ ਜਿਹੜਾ ਹੈ ਵੈਲਕਮ ਵੀ ਕਰਦਾ ਔਰ ਅਕਾਲ ਪੁਰਖ ਅਰਦਾਸ ਹੈ ਕਿ ਹੋਰ ਕਾਰਜ ਜਿਹੜਾ ਹੈ ਇਸ ਤਰ੍ਹਾਂ ਦੇ ਕਰਦੇ ਰਹਿਣ, ਜਿਹਦੇ ਨਾਲ ਸਾਡੀ ਅੱਜ ਦੀ ਨੌਜਵਾਨੀ ਪੀੜ੍ਹੀ ਜਿਹੜੀ ਹੈ ਜਿਹੜੀ ਟੈਕਨੋਲੋਜੀ ਦੇ ਬੇਸਡ ਹੀ ਹੋ ਗਈ ਹੈ ਉਹ ਲਾਹਾ ਪ੍ਰਾਪਤ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਮੌੜ ਜਿਹੜਾ
ਉਹ ਮੀਡੀਆ ਦਾ ਯੁੱਗ ਆ, ਨਾਲ ਕੰਪਿਊਟਰ ਦਾ ਯੁੱਗ ਆ। ਬਾਬਾ ਬਲਜਿੰਦਰ ਸਿੰਘ ਜੀ ਜਿਹੜੇ ਸੰਪਰਦਾ ਰਾਣਾ ਸਾਹਿਬ ਦੇ, ਉਹਨਾਂ ਨੇ ਪਹਿਲਾਂ ਹੀ ਬੜੇ ਲੰਬੇ ਅਰਸੇ ਤੋਂ ਲਾਂਚ ਕਰਦਾ ਐਪ ਆਪਣਾ, ਪਹਿਲਾਂ ਲਾਂਚ ਵੀ ਕਰਦੇ ਸੀ ਫਿਰ ਇਹਨੂੰ ਸੰਪੂਰਨ ਕਰਦਾ। ਸੰਪੂਰਨ ਕਹਿਣ ਤੋਂ ਭਾਵ ਕਿ ਸਮੁੱਚੇ ਤੌਰ ਤੇ ਬਹੁਤ ਸਾਰਾ ਖਜ਼ਾਨਾ ਇਸ ਪੀਸਰੋ ਮਾਈਕਰੋ ਦੇ ਵਿੱਚ ਜਿਹੜਾ ਆ ਉਹ ਹੀ ਲਾਂਚ ਕੀਤਾ, ਤੇ ਜਿਹਦੀ ਅੱਜ ਰਾਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਮੈਂ ਬਾਬਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਜਿਹੜਾ ਹੁਣ ਯੁੱਗ ਆ ਬੱਚੇ ਆਪਣੇ ਹੱਥ 'ਚ ਫੜ ਕੇ, ਚਾਹੇ ਗੂਗਲ ਹੋਵੇ ਚਾਹੇ ਕੋਈ ਕਿਸੇ ਪ੍ਰਤੀ ਜਾਣਕਾਰੀ ਹੋਵੇ, ਉਹ ਕੰਪਿਊਟਰਾਂ 'ਚੋਂ ਜਾਂ ਐਪਾਂ 'ਚੋਂ ਮੰਗਦੇ ਆ ਆਪਣੇ ਮੋਬਾਈਲਾਂ 'ਚੋਂ। ਸੋ ਬਾਬਾ ਜੀ ਨੇ ਬਹੁਤ ਵੱਡਾ ਖਜ਼ਾਨਾ ਜਿਹੜਾ ਆ ਉਹ ਐਪ ਦੇ ਲਿਆ ਰੂਪ ਦੇ ਵਿੱਚ ਜਿਹੜਾ ਅੱਜ ਲਾਂਚ ਕੀਤਾ। ਬਹੁਤ ਬਹੁਤ ਵਧਾਈ ਦਿੰਦਾ, ਅਤੇ ਇਸ ਕਰਕੇ ਵੀ ਵਧਾਈ ਦਿੰਦਾ ਕਿ ਸਭ ਤੋਂ ਵੱਡੀ ਮੋਹਰ ਵੀ ਬਾਬਾ ਜੀ ਨੇ ਖਿੱਚੀ ਆ ਇਸ ਸੰਪਦਾ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ।